ਇਲਾਕਾ ਛੋਣੀ ਮਹੱਲਾ ਵੱਜਦਾ ਜੀ। ਅੱਛਾ ਤੇ ਸਰ ਕਿ ਹੈਗੀ ਹੌਜਰੀ ਆ ਘਰ ਆ ਕੀ ਆ? ਇੱਥੇ ਟਰੋਫੀਆਂ ਬਣਾਉਂਦੇ ਸੀ ਜੀ ਨਵੀਆਂ। ਅੱਛਾ ਜਿਹੜੇ ਨਾਮ ਜਿੱਤਣ ਵਾਲੀ ਟਰੋਫੀ ਉਹ? ਹਾਂਜੀ ਹਾਂਜੀ ਉਹ ਟਰੋਫੀ ਬਣਦੀਆਂ ਸੀ। ਕਿੰਨੇ ਵਜੇ ਤਲਾਹ ਮਿਲੀ ਆ? ਮੈਨੂੰ 9:13 'ਤੇ ਇਤਲਾਹ ਮਿਲੀ ਆ। ਅੱਛਾ ਜੀ। ਅਸੀਂ ਫੌਰੀ ਤੌਰ 'ਤੇ ਮਿਲ ਕੇ 3 ਗੱਡੀਆਂ ਮੇਨ ਸਟੇਸ਼ਨ ਤੋਂ ਲੈ ਕੇ ਆਇਆ, 1 ਫਾਇਰ ਸਟੇਸ਼ਨ ਗਿੱਲ ਰੋਡ ਤੋਂ। ਕਿੰਨੀਆਂ ਗੱਡੀਆਂ ਸਰ ਲੱਗੀਆਂ? ਟੋਟਲ 4 ਗੱਡੀਆਂ ਆ ਚੁੱਕੀਆਂ ਜੀ। 4 ਆ ਚੁੱਕੀਆਂ, ਹੋਰ ਵੀ ਆ ਸਕਦੀਆਂ? ਨਹੀਂ, ਅੱਗ ਤਾਂ ਵੈਸੇ ਕੰਟਰੋਲ ਆ, ਗੱਡੀ ਹੋਰ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਪਾਣੀ ਦੀ ਭਰੀ ਗੱਡੀ ਹੋਣੀ ਜੀ। ਜਾਨੀ ਨੁਕਸਾਨ ਤਾਂ ਨਹੀਂ ਸਰ ਕੋਈ ਹੋਇਆ? ਜਾਨੀ ਨੁਕਸਾਨ ਤਾਂ ਅਜੇ ਨਹੀਂ ਕੋਈ ਹੈ ਜੀ। ਅੱਛਾ, ਅਤੇ ਉਹਦਾ ਮਤਲਬ ਲੱਗੀ ਕਿਹੜੀ ਮੰਜ਼ਿਲ 'ਤੇ ਅੱਗ ਲੱਗੀ? ਸੈਕੰਡ ਹੋਏ ਫਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ 'ਤੇ। 3 ਮੰਜ਼ਿਲਾਂ 'ਤੇ? ਹਾਂਜੀ ਹਾਂਜੀ, 3 ਮੰਜ਼ਿਲਾਂ। ਅੱਗ ਦੇ ਕਾਰਨਾਂ ਦਾ ਸਰ ਕੋਈ ਪਤਾ ਲੱਗਾ ਕਿ ਸ਼ਾਰਟ ਸਰਕਟ ਕੀ ਆ? ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ। ਨਹੀਂ ਪਤਾ ਲੱਗਾ, ਅੱਗ ਦੇ ਮੁਕੰਮਲ ਕਾਬੂ ਪਾ ਲਿਆ ਜਾਂ ਹਜੇ ਲੱਗਾ? ਅਜੇ ਵੈਸੇ ਅੰਡਰ ਕੰਟਰੋਲ ਅੱਗ, ਅੰਡਰ ਕੰਟਰੋਲ ਲੱਗੀ ਹੋਈ ਹੈ। ਮੁੜ ਕੇ ਲੱਗੀ ਕੰਟਰੋਲ ਕਰ ਲਈ ਹੋਈ ਆ, ਕੰਟਰੋਲ ਕਰ ਲੋਗੇ? ਹਾਂਜੀ ਹਾਂਜੀ ਹਾਂਜੀ। ਭਾਜੀ ਦੁਕਾਨ ਬੰਦ ਕਰਕੇ ਬੇਟਾ ਕੰਪਿਊਟਰ ਆਫ ਕਰ ਰਿਹਾ ਸੀਗਾ, ਹਜੇ ਕੰਪਿਊਟਰ 'ਤੇ ਬੈਠਾ ਸੀਗਾ, ਉੱਪਰੋਂ ਆਵਾਜ਼ ਜਾਂ ਸਪਾਰਕਿੰਗ ਜੀ ਦੀ ਆਵਾਜ਼ ਆਉਂਦੀ ਹੈ, ਬਸ ਫਿਰ ਦੌੜ ਕੇ ਉੱਪਰ ਦੇਖਿਆ ਅਤੇ ਧੂੰਆਂ ਹੀ ਧੂੰਆਂ ਹੋ ਗਿਆ ਸੀਗਾ। ਨੁਕਸਾਨ ਜੀ ਬਸ ਟਰੋਫੀਆਂ ਦਾ ਕੰਮ ਹੈ, ਸੋਚ ਲਓ ਕਿੰਨਾ ਕੁ ਹੋ ਸਕਦਾ, ਕੋਈ ਜ਼ਿਆਦਾ ਨਹੀਂ ਇੰਨਾ ਹੈਗਾ ਨੁਕਸਾਨ, ਤਾਂ ਉਹ ਵੱਡਾ ਨਹੀਂ ਹੈਗਾ, ਬਸ ਲੱਕੜ ਹੁੰਦੀ ਹੈ ਸਾਡੇ ਜਾਂ ਲੱਕੜ ਦੀਆਂ ਟਰੋਫੀਆਂ ਹੁੰਦੀਆਂ। ਸਰ ਇਹ ਹੈਗਾ ਜੀ 2.5 ਹਾਂਜੀ ਹਾਂਜੀ ਨਹੀਂ ਸਭ ਕਿਰਪਾ ਰਹੀ ਜੀ। ਇਲਾਕਾ ਛੋਣੀ ਮਹੱਲਾ ਵੱਜਦਾ ਜੀ। ਅੱਛਾ ਤੇ ਸਰ ਕਿ ਹੈਗੀ ਹੌਜਰੀ ਆ ਘਰ ਆ ਕੀ ਆ? ਇੱਥੇ ਟਰੋਫੀਆਂ ਬਣਾਉਂਦੇ ਸੀ ਜੀ ਨਵੀਆਂ। ਅੱਛਾ, ਜਿਹੜੇ ਨਾਮ ਜਿੱਤਣ ਵਾਲੀ ਟਰੋਫੀ ਉਹ? ਹਾਂਜੀ ਹਾਂਜੀ ਉਹ ਟਰੋਫੀ ਬਣਦੀਆਂ ਸੀ। ਕਿੰਨੇ ਵਜੇ ਤਲਾਹ ਮਿਲੀ ਆ? ਮੈਨੂੰ 9:13 'ਤੇ ਇਤਲਾਹ ਮਿਲੀ ਆ। ਅੱਛਾ ਜੀ। ਅਸੀਂ ਫੌਰੀ ਤੌਰ 'ਤੇ ਮਿਲ ਕੇ 3 ਗੱਡੀਆਂ ਮੇਨ ਸਟੇਸ਼ਨ ਤੋਂ ਲੈ ਕੇ ਆਇਆ, 1 ਫਾਇਰ ਸਟੇਸ਼ਨ ਗਿੱਲ ਰੋਡ ਤੋਂ। ਕਿੰਨੀਆਂ ਗੱਡੀਆਂ ਸਰ ਲੱਗੀਆਂ? ਟੋਟਲ 4 ਗੱਡੀਆਂ ਆ ਚੁੱਕੀਆਂ ਜੀ। 4 ਆ ਚੁੱਕੀਆਂ, ਹੋਰ ਵੀ ਆ ਸਕਦੀਆਂ? ਨਹੀਂ, ਅੱਗ ਤਾਂ ਵੈਸੇ ਕੰਟਰੋਲ ਆ, ਗੱਡੀ ਹੋਰ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਪਾਣੀ ਦੀ ਭਰੀ ਗੱਡੀ ਹੋਣੀ ਹੈ ਜੀ। ਜਾਨੀ ਨੁਕਸਾਨ ਤਾਂ ਨਹੀਂ ਸਰ ਕੋਈ ਹੋਇਆ? ਜਾਨੀ ਨੁਕਸਾਨ ਤਾਂ ਅਜੇ ਨਹੀਂ ਕੋਈ ਹੈ ਜੀ। ਅੱਛਾ, ਅਤੇ ਉਹਦਾ ਮਤਲਬ ਲੱਗੀ ਕਿਹੜੀ ਮੰਜ਼ਿਲ 'ਤੇ ਅੱਗ ਲੱਗੀ? ਸੈਕੰਡ ਹੋਏ ਫਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ 'ਤੇ। 3 ਮੰਜ਼ਿਲਾਂ 'ਤੇ? ਹਾਂਜੀ ਹਾਂਜੀ, 3 ਮੰਜ਼ਿਲਾਂ। ਅੱਗ ਦੇ ਕਾਰਨਾਂ ਦਾ ਸਰ ਕੋਈ ਪਤਾ ਲੱਗਾ ਕਿ ਸ਼ਾਰਟ ਸਰਕਟ ਕੀ ਆ? ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ। ਨਹੀਂ ਪਤਾ ਲੱਗਾ, ਅੱਗ ਦੇ ਮੁਕੰਮਲ ਕਾਬੂ ਪਾ ਲਿਆ ਜਾਂ ਹਜੇ ਲੱਗਾ? ਅਜੇ ਵੈਸੇ ਅੰਡਰ ਕੰਟਰੋਲ ਅੱਗ, ਅੰਡਰ ਕੰਟਰੋਲ ਲੱਗੀ ਹੋਈ, ਮੁੜ ਕੇ ਲੱਗੀ ਕੰਟਰੋਲ ਕਰ ਲਈ ਹੋਈ ਆ, ਕੰਟਰੋਲ ਕਰ ਲੋਗੇ? ਹਾਂਜੀ ਹਾਂਜੀ ਹਾਂਜੀ। ਭਾਜੀ ਦੁਕਾਨ ਬੰਦ ਕਰਕੇ ਬੇਟਾ ਕੰਪਿਊਟਰ ਆਫ ਕਰ ਰਿਹਾ ਸੀਗਾ, ਹਜੇ ਕੰਪਿਊਟਰ 'ਤੇ ਬੈਠਾ ਸੀਗਾ, ਉੱਪਰੋਂ ਆਵਾਜ਼ ਜਾਂ ਸਪਾਰਕਿੰਗ ਜੀ ਦੀ ਆਵਾਜ਼ ਆਉਂਦੀ ਹੈ, ਬਸ ਫਿਰ ਦੌੜ ਕੇ ਉੱਪਰ ਦੇਖਿਆ ਅਤੇ ਧੂੰਆਂ ਹੀ ਧੂੰਆਂ ਹੋ ਗਿਆ ਸੀਗਾ। ਨੁਕਸਾਨ ਜੀ ਬਸ ਟਰੋਫੀਆਂ ਦਾ ਕੰਮ ਹੈ, ਸੋਚ ਲਓ ਕਿੰਨਾ ਕੁ ਹੋ ਸਕਦਾ, ਕੋਈ ਜ਼ਿਆਦਾ ਨਹੀਂ ਇੰਨਾ ਹੈਗਾ ਨੁਕਸਾਨ, ਤਾਂ ਉਹ ਵੱਡਾ ਨਹੀਂ ਹੈਗਾ, ਬਸ ਲੱਕੜ ਹੁੰਦੀ ਹੈ ਸਾਡੇ ਜਾਂ ਲੱਕੜ ਦੀਆਂ ਟਰੋਫੀਆਂ ਹੁੰਦੀਆਂ। ਸਰ ਇਹ ਹੈਗਾ ਜੀ 2.5 ਹਾਂਜੀ ਨਹੀਂ ਸਭ ਕਿਰਪਾ ਰਹੀ ਜੀ। ਇਲਾਕਾ ਛੋਣੀ ਮਹੱਲਾ ਵੱਜਦਾ ਜੀ। ਅੱਛਾ ਤੇ ਸਰ ਕਿ ਹੈਗੀ ਹੌਜਰੀ ਆ ਘਰ ਆ ਕੀ ਆ? ਇੱਥੇ ਟਰੋਫੀਆਂ ਬਣਾਉਂਦੇ ਸੀ ਜੀ ਨਵੀਆਂ। ਅੱਛਾ, ਜਿਹੜੇ ਨਾਮ ਜਿੱਤਣ ਵਾਲੀ ਟਰੋਫੀ ਉਹ? ਹਾਂਜੀ ਹਾਂਜੀ ਉਹ ਟਰੋਫੀ ਬਣਦੀਆਂ ਸੀ। ਕਿੰਨੇ ਵਜੇ ਤਲਾਹ ਮਿਲੀ ਆ? ਮੈਨੂੰ 9:13 'ਤੇ ਇਤਲਾਹ ਮਿਲੀ ਆ। ਅੱਛਾ ਜੀ। ਅਸੀਂ ਫੌਰੀ ਤੌਰ 'ਤੇ ਮਿਲ ਕੇ 3 ਗੱਡੀਆਂ ਮੇਨ ਸਟੇਸ਼ਨ ਤੋਂ ਲੈ ਕੇ ਆਇਆ, 1 ਫਾਇਰ ਸਟੇਸ਼ਨ ਗਿੱਲ ਰੋਡ ਤੋਂ। ਕਿੰਨੀਆਂ ਗੱਡੀਆਂ ਸਰ ਲੱਗੀਆਂ? ਟੋਟਲ 4 ਗੱਡੀਆਂ ਆ ਚੁੱਕੀਆਂ ਜੀ। 4 ਆ ਚੁੱਕੀਆਂ, ਹੋਰ ਵੀ ਆ ਸਕਦੀਆਂ? ਨਹੀਂ, ਅੱਗ ਤਾਂ ਵੈਸੇ ਕੰਟਰੋਲ ਆ, ਗੱਡੀ ਹੋਰ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਪਾਣੀ ਦੀ ਭਰੀ ਗੱਡੀ ਹੋਣੀ ਹੈ ਜੀ। ਜਾਨੀ ਨੁਕਸਾਨ ਤਾਂ ਨਹੀਂ ਸਰ ਕੋਈ ਹੋਇਆ? ਜਾਨੀ ਨੁਕਸਾਨ ਤਾਂ ਅਜੇ ਨਹੀਂ ਕੋਈ ਹੈ ਜੀ। ਅੱਛਾ, ਅਤੇ ਉਹਦਾ ਮਤਲਬ ਲੱਗੀ ਕਿਹੜੀ ਮੰਜ਼ਿਲ 'ਤੇ ਅੱਗ ਲੱਗੀ? ਸੈਕੰਡ ਹੋਏ ਫਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ 'ਤੇ। 3 ਮੰਜ਼ਿਲਾਂ 'ਤੇ? ਹਾਂਜੀ ਹਾਂਜੀ, 3 ਮੰਜ਼ਿਲਾਂ। ਅੱਗ ਦੇ ਕਾਰਨਾਂ ਦਾ ਸਰ ਕੋਈ ਪਤਾ ਲੱਗਾ ਕਿ ਸ਼ਾਰਟ ਸਰਕਟ ਕੀ ਆ? ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ। ਨਹੀਂ ਪਤਾ ਲੱਗਾ, ਅੱਗ ਦੇ ਮੁਕੰਮਲ ਕਾਬੂ ਪਾ ਲਿਆ ਜਾਂ ਹਜੇ ਲੱਗਾ? ਅਜੇ ਵੈਸੇ ਅੰਡਰ ਕੰਟਰੋਲ ਅੱਗ, ਅੰਡਰ ਕੰਟਰੋਲ ਲੱਗੀ ਹੋਈ, ਮੁੜ ਕੇ ਲੱਗੀ ਕੰਟਰੋਲ ਕਰ ਲਈ ਹੋਈ ਆ, ਕੰਟਰੋਲ ਕਰ ਲੋਗੇ? ਹਾਂਜੀ ਹਾਂਜੀ ਹਾਂਜੀ।